ਤੁਸੀਂ ਦੇਖ ਰਹੇ ਹੋ ਸਹਿਜ ਨਿਊਜ਼ ਚੈਨਲ। ਨਵੀਆਂ ਤੇ ਤਾਜ਼ਾ ਖਬਰਾਂ ਲਈ ਸਬਸਕ੍ਰਾਈਬ ਕਰੋ, ਲਾਈਵ ਕਵਰੇਜ ਲਈ ਸੰਪਰਕ ਕਰੋ। ਸ਼੍ਰੀ ਗੁਰੂ ਰਵਿਦਾਸ ਜੀ ਟਾਈਗਰ ਫੋਰਸ ਵੱਲੋਂ ਭਾਰਤ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਜਨਮ ਦਿਨ ਨੂੰ ਸਮਰਪਿਤ ਹਾਥੀ ਗੇਟ ਰਹਿਮਾਨਪੁਰ ਜੋ 26 ਤਰੀਕ ਤੋਂ ਲਗਾਤਾਰ ਲੰਗਰ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਜਾਂਦਾ ਹੈ। ਇਸ ਮੌਕੇ ਪ੍ਰਧਾਨ ਜੱਸੀ ਤੱਲਣ ਨੇ ਕਿਹਾ ਕਿ ਬਾਬਾ ਸਾਹਿਬ B.R. ਅੰਬੇਦਕਰ ਜੀ ਦਾ ਨੇ ਆਪਣੇ ਸਾਰੇ ਜੀਵਨ ਵਿੱਚ ਦਬੇ ਕੁਚਲੇ ਲੋਕਾਂ ਨੂੰ ਹਮੇਸ਼ਾ ਉੱਚਾ ਚੁੱਕਣ ਲਈ ਸੰਘਰਸ਼ ਕੀਤਾ ਹੈ। ਇਸ ਲਈ ਸਾਨੂੰ ਆਪਣੇ ਰਹਿਬਰਾਂ ਦੇ ਜਨਮ ਦਿਨ ਇਸੇ ਤਰ੍ਹਾਂ ਧੂਮਧਾਮ ਨਾਲ ਮਨਾਉਣੇ ਚਾਹੀਦੇ ਹਨ। ਇਸ ਮੌਕੇ ਟੌਪ ਮੀਡੀਆ ਪ੍ਰਧਾਨ ਪਵਨ ਕੁਮਾਰ, ਪ੍ਰਧਾਨ ਜੱਸੀ ਤੱਲਣ, ਬੀਰਾ ਬਲਦੇਵ, ਓਮਕਰ ਓਮ ਪ੍ਰਕਾਸ਼, ਦੇਸਰਾਜ ਸਰਪੰਚ ਗੁਰਮੇਲ ਸਿੰਘ, ਜਸਵਿੰਦਰ ਸਿੰਘ ਠੇਕੇਦਾਰ ਬੂਟਾ ਸਿੰਘ, ਇਸ ਤੋਂ ਇਲਾਵਾ ਸ਼ਹਿਰ ਵਾਸੀ ਮੌਜੂਦ ਸਨ। ਜੈ ਭੀਮ, ਜੈ ਭਾਰਤ, ਜੈ ਗੁਰਦੇਵ, ਧੰਨ ਗੁਰਦੇਵ। ਬਾਬਾ ਸਾਹਿਬ B.R. ਅੰਬੇਦਕਰ ਜੀ ਸੰਵਿਧਾਨ ਨਿਰਮਾਤਾ, ਉਹਨਾਂ ਦਾ 129ਵਾਂ ਅੱਜ ਜਨਮ ਦਿਹਾੜਾ ਹੈ। ਸੋ ਅੱਜ ਉਹਨਾਂ ਦੇ ਜਨਮ ਦਿਨ ਦੇ ਮੌਕੇ ਦੇ ਉੱਪਰ ਹਾਥੀ ਗੇਟ ਰਹਿਮਾਨਪੁਰ ਦੇ ਕੋਲ ਜੋ 26 ਤਰੀਕ ਤੋਂ ਲਗਾਤਾਰ 5000 ਬੰਦੇ ਦਾ ਲੋੜਵੰਦ ਪਰਿਵਾਰਾਂ ਵਾਸਤੇ ਜੋ ਲੰਗਰ ਦੀ ਵਿਵਸਥਾ ਜਿਹੜੀ ਕੀਤੀ ਜਾਂਦੀ ਸੀ, ਅੱਜ ਬਾਬਾ ਸਾਹਿਬ B.R. ਅੰਬੇਦਕਰ ਜੀ ਦੇ ਜਨਮ ਦਿਨ ਦੇ ਮੌਕੇ 'ਤੇ 14 ਅਪ੍ਰੈਲ ਅੱਜ ਜਿਹੜਾ ਦਿਹਾੜਾ ਮੰਗਲਵਾਰ ਦਿਨ, ਸੋ ਅੱਜ ਜਿਹੜਾ ਅਸੀਂ 15 ਤੋਂ 20 ਹਜ਼ਾਰ ਬੰਦੇ ਦਾ ਲੰਗਰ ਜਿਹੜਾ ਲੋੜਵੰਦ ਪਰਿਵਾਰਾਂ ਵਾਸਤੇ ਜਿਹੜਾ ਬਣਾਇਆ ਗਿਆ, ਸੋ ਅੱਜ ਜਿਹੜਾ ਲੰਗਰ ਆ ਬਾਬਾ ਸਾਹਿਬ B.R. ਅੰਬੇਦਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹੋਵੇਗਾ। ਸੋ ਇਹੀ ਆਸ ਕਰਦੇ ਹਾਂ ਵੀ ਸਾਡੇ ਅੱਜ ਜੋ ਸੰਵਿਧਾਨ ਨਿਰਮਾਤਾ ਨਾਰੀ ਦੇ ਅਧਿਕਾਰ ਲੈਣ ਵਾਲੇ, ਸੋ ਸਾਰੇ ਹੀ ਸਾਡੇ MP MLA ਅਤੇ ਰਾਜ ਸਭਾ ਨੂੰ ਹੱਕ ਦਿਵਾਉਣ ਵਾਲੇ ਅਤੇ ਦਲਿਤਾਂ ਨੂੰ, ਦੱਬੇ ਕੁਚਲੇ ਲੋਕਾਂ ਨੂੰ ਜੋ ਉੱਪਰ ਚੁੱਕਣ ਵਾਲੇ ਬਾਬਾ ਸਾਹਿਬ B.R. ਅੰਬੇਦਕਰ ਜੀ, ਸੋ ਉਹਨਾਂ ਨੇ ਸਾਨੂੰ ਸੰਵਿਧਾਨ ਲੈ ਕੇ ਦਿੱਤਾ। ਸਾਡੇ ਕਰੋੜਾਂ ਦੇਸ਼ ਵਾਸੀਆਂ ਦਾ ਫਰਜ਼ ਬਣਦਾ ਵੀ ਅੱਜ ਦੇ ਮੌਕੇ ਦੇ ਉੱਪਰ ਆਪਾਂ ਸਾਰੇ ਆਪਣੇ ਘਰਾਂ ਦੇ ਵਿੱਚ ਜਿਹੜਾ ਦੀਪਮਾਲਾ ਕਰੀਏ ਅਤੇ ਮੋਮਬੱਤੀਆਂ ਲਾਈਏ ਅੱਜ ਰਾਤ ਨੂੰ। ਸੋ ਜੋ ਪ੍ਰਧਾਨ ਮੰਤਰੀ ਮੋਦੀ ਨੇ 5 ਤਰੀਕ ਨੂੰ ਜਿਹੜਾ ਕੀਤਾ ਸੀ ਅਤੇ ਸਾਰਿਆਂ ਕਈਆਂ ਜਿਹੜਿਆਂ ਨੇ ਸਾਡੇ ਜਿਹੜੇ ਲੋਕ ਆ ਉਹਨਾਂ ਨੇ ਜਿਹੜਾ ਕੰਮ ਕੀਤਾ ਸੀ ਘਰ ਆ ਮੋਮਬੱਤੀਆਂ ਦਾ, ਅੱਜ ਸਾਡੇ ਮੂਲ ਨਿਵਾਸੀ ਸਮਾਜ ਦਾ, ਦਲਿਤ ਸਮਾਜ ਦਾ ਫਰਜ਼ ਬਣਦਾ ਹੈ। ਸੋ ਆਪਾਂ ਆਪਣੇ ਰਹਿਬਰਾਂ ਦੇ ਜਿਨ੍ਹਾਂ ਨੇ ਸਾਨੂੰ ਹਨੇਰੇ ਦੇ ਵਿੱਚੋਂ ਰੋਸ਼ਨੀ ਵਿੱਚ ਲੈ ਕੇ ਆਉਂਦਾ, ਅੱਜ ਉਹਨਾਂ ਦੇ ਘਰ ਆਪਣੇ ਘਰਾਂ ਦੇ ਵਿੱਚ ਦੀਪਮਾਲਾ ਕਰੀਏ ਜੋ ਲੋਕਾਂ ਨੂੰ ਸੰਦੇਹ ਜਾਵੇ ਵੀ ਅੱਜ ਸਾਡੇ ਰਹਿਬਰਾਂ ਦਾ ਅੱਜ ਜਨਮ ਦਿਹਾੜਾ ਹੈ। ਸੋ ਜੋ ਕੋਰੋਨਾ ਵਾਇਰਸ ਕਰਕੇ ਪੂਰੇ ਭਾਰਤ ਵਿੱਚ ਜਿਹੜਾ ਆ ਜਿਹੜੇ ਹਾਹਾਕਾਰ ਬਚਿਆ ਹੋਇਆ ਹੈ, ਸੋ ਆਪਾਂ ਸਾਰਿਆਂ ਨੇ ਹੀ ਬਾਬਾ ਸਾਹਿਬ B.R. ਅੰਬੇਦਕਰ ਜਨਮਦਿਨ ਆਪਣੇ ਘਰ ਦੇ ਵਿੱਚ ਰਹਿ ਕੇ ਅਤੇ ਉਹਨਾਂ ਵਿੱਚ ਮਨਾਉਣਾ ਹੈ, ਕਿਉਂਕਿ ਵਿਸਾਖੀ ਦੇ ਪਾਵਨ ਪਵਿੱਤਰ ਦਿਹਾੜੇ 'ਤੇ ਸਾਰਿਆਂ ਨੇ ਹੀ ਸਮਰਥਨ ਦਿੱਤਾ ਸੀ ਅਤੇ ਆਪਣੇ ਆਪਣੇ ਘਰਾਂ ਵਿੱਚ ਰਹਿ ਕੇ ਸ਼ਾਂਤੀ ਦੇ ਸ਼ਾਂਤੀਮਈ ਤਰੀਕੇ ਦੇ ਨਾਲ ਆਪਣੇ ਘਰਾਂ ਵਿੱਚ ਹੀ ਜਿਹੜਾ ਆ ਵਿਸਾਖੀ ਮਨਾਈ ਗਈ, ਪਰਮਾਤਮਾ ਨੂੰ ਯਾਦ ਕੀਤਾ ਗਿਆ। ਸੋ ਅੱਜ 14 ਤਰੀਕ ਨੂੰ ਸਾਡਾ ਹੀ ਫਰਜ਼ ਬਣਦਾ ਵੀ ਆਪਣੇ ਆਪਣੇ ਘਰਾਂ ਵਿੱਚ ਰਹਿ ਕੇ ਬਾਬਾ ਸਾਹਿਬ B.R. ਅੰਬੇਦਕਰ ਜਨਮ ਦਿਹਾੜਾ ਮਨਾਈਏ। ਸੋ ਇਹੀ ਆਸ ਕਰਦਾ
ਵੀ ਅੱਗੇ ਤੋਂ ਜਿਹੜਾ ਆਉਣ ਵਾਲਾ ਸਮਾਂ ਆ ਉਹ ਵਧੀਆ ਰਹੇ ਅਤੇ ਸਾਡੇ ਨਾਲ ਜੋ ਮੇਰੀ ਗੁਰਦਾਰ ਟਾਈਗਰ ਫੋਰਸ ਦੇ ਨਾਲ ਜੋ ਸਹਿਯੋਗ ਕਰਨ ਵਾਲੇ ਹਨ ਉਹ ਮੇਰੇ ਸਾਥੀ ਜਿਹੜੇ ਆ ਗੁਰਦਾਸ ਜੀ, ਵੀਰਾ ਜੀ, ਨਵੀਨ ਜੀ, ਬੜੇ ਸਤਿਕਾਰ ਜੋ ਸਾਡੇ ਅੰਕਲ ਓਮ ਪ੍ਰਕਾਸ਼ ਜੀ, ਉਹਨਾਂ ਦੇ ਨਾਲ ਦੇਸਰਾ ਜੀ, ਸਰਪੰਚ ਗੁਰਮੇਲ ਜੀ ਅਤੇ ਕੁੱਕੜ ਪਿੰਡ ਤੋਂ ਜਸਵਿੰਦਰ ਸਿੰਘ ਜੀ ਅਤੇ ਸਾਡੇ ਠੇਕੇਦਾਰ ਮਿੰਟਾ ਜੀ ਅਤੇ ਸਮੁੱਚੀ ਟੀਮ ਜਿਹੜੇ NRI ਸਾਥੀ ਆ ਸਾਰਿਆਂ ਸਹਿਯੋਗ ਦਿੱਤਾ ਅਤੇ ਸਾਰੇ ਸਾਥੀਆਂ ਸਾਡੇ ਹੋਰਾਂ ਨੇ ਵੀ ਘਰ ਵਿੱਚ ਸਹਿਯੋਗ ਦਿੱਤਾ। ਉਹਨਾਂ ਦੀ ਬਦੌਲਤ ਜਿਹੜਾ ਅੱਜ ਆਪਾਂ ਅੱਜ 17ਵੇਂ ਦਿਨ ਦੇ ਵਿੱਚ ਪ੍ਰਵੇਸ਼ ਕਰ ਰਹੇ ਹਾਂ, ਬਹੁਤ ਵੱਡਾ ਜਿਹੜਾ ਉਪਰਾਲਾ ਆਪਾਂ ਲੰਗਰ ਦਾ ਕੀਤਾ ਆ। ਸੋ ਸਾਰੇ ਇਹਨਾਂ ਦੇ ਸਹਿਯੋਗ ਦੇ ਨਾਲ ਜਿਹੜਾ ਆ ਉਹ ਸ਼ਾਂਤੀਮਈ ਤਰੀਕੇ ਦੇ ਨਾਲ ਜਿਹੜਾ ਉਪਰਾਲਾ ਹੋਇਆ। ਅੱਜ ਵੀ ਤੁਸੀਂ ਦੇਖ ਸਕਦੇ ਹੋ ਕਾਫੀ ਜਿਹੜੇ ਲੋਕ ਆ ਅੱਜ ਵੱਡੀ ਮਾਤਰਾ ਦੇ ਵਿੱਚ ਜਿਹੜਾ ਲੰਗਰ ਲੈਣ ਵਾਸਤੇ ਆਇਆ ਉਹ ਪਰਿਵਾਰਾਂ ਤੱਕ ਲੰਗਰ ਜਾਂਦਾ ਜਿਹੜਾ ਲੋੜਵੰਦ ਪਰਿਵਾਰ ਹੋ। ਸੋ ਸਾਰਿਆਂ ਨੂੰ ਇਹ ਸਾਰੇ ਦੇਸ਼ ਵਾਸੀਆਂ ਨੂੰ ਅਤੇ ਪੰਜਾਬੀਆਂ ਨੂੰ ਮੈਂ ਬਾਬਾ ਸਾਹਿਬ ਬੀ ਆਰ ਅੰਬੇਦਕਰ ਜੀ ਜਨਮਦਿਹਾੜੇ 'ਤੇ ਲੱਖ ਲੱਖ ਮੁਬਾਰਕਾਂ ਦਿੰਦਾ ਹਾਂ ਅਤੇ ਪਰਮਾਤਮਾ ਦੇ ਚਰਨਾਂ ਵਿੱਚ ਅਰਦਾਸ ਕਰਦਾ ਵੀ ਛੇਤੀ ਛੇਤੀ ਇਸ ਬਿਮਾਰੀ ਦਾ ਜਿਹੜਾ ਇਲਾਜ ਆ ਉਹ ਲੱਭਿਆ ਜਾਵੇ। ਸੋ ਆਪਣੇ ਤਿਲਕਾ ਪੰਜਾਬ TV ਚੈਨਲ ਤੋਂ ਅਤੇ ਸਾਡੇ ਟੌਮ ਮੀਡੀਆ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਉਹ ਵੀ ਸਾਡੇ ਵਿੱਚ ਆਏ ਆ, ਮੈਂ ਸਮੁੱਚੀ ਟੀਮ ਦਾ ਜਿਹੜਾ ਆਪਣੇ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਸੋ ਸਾਰਿਆਂ ਨੂੰ ਜੈ ਭੀਮ, ਜੈ ਭਾਰਤ।